ਸਤਨਾਮ ਸਿੰਘ ਕਿਹੜੀ ਏਜੰਸੀ ਵਿੱਚ ਕੰਮ ਕਰਦੇ ਹੋ ਸ਼ੇਖ ਫਰੀਦ ਕੀ ਰੋਲਾ ਪੈ ਸਿਲੰਡਰ ਦਾ ਕਹਿੰਦੇ ਕਿ ਘੱਟ ਹੈ ਕੀ ਕਾਰਨ ਅਸੀਂ ਤਾਂ ਇਹ ਗਡਾਉਣ ਦੇ ਵਿੱਚੋਂ ਸੁੱਧੇ ਲਾਦਦੇ ਹਾਂ ਜੀ ਠੀਕ ਹੈ ਜੀ ਸਾਨੂੰ ਤਾਂ ਪਤਾ ਨਹੀਂ ਜੀ ਅਸੀਂ ਤਾਂ ਉਵੇਂ ਲੱਦ ਕੇ ਲਿਆਉਣੇ ਆ ਜੀ ਉਵੇਂ ਸਪਲਾਈ ਲਾਉਣੇ ਆ ਜੀ ਜਿਵੇਂ ਵੇਟ ਕੀਤਾ ਵਾਕਿਆ ਤੁਹਾਨੂੰ ਪਤਾ ਲੱਗਿਆ ਘੱਟ ਹੈ ਹਾਂਜੀ ਵਾਕਿਆ ਘੱਟ ਹਾਂਜੀ ਤੇ ਤੁਸੀਂ ਵੇਟ ਕਿਉਂ ਨਹੀਂ ਕਰਦੇ ਨਾਲ ਕੰਡਾ ਕਿਉਂ ਨਹੀਂ ਰੱਖਿਆ ਹੋਇਆ ਕੰਡਾ ਲੱਗਿਆ ਜੀ ਕੰਡਾ ਖਰਾਬ ਹੋ ਗਿਆ ਸੀ ਜੀ ਅੱਗੇ ਵੀ ਘੱਟ ਹੁੰਦੇ ਸਿਲੰਡਰ ਤੇ ਸਾਡੇ ਕੁਦਰਤੀ ਇੱਕ ਮੁੰਡੇ ਨੇ ਚੱਕੀ ਲੱਗੀ ਸੀ ਉਹਦੇ ਉਹਨੇ ਉੱਥੇ ਤੋਲ ਲਿਆ ਉਹ ਇੱਕ ਤੋਲਿਆ ਤੇ ਉਦੋਂ ਬਾਅਦ ਉਹਨੇ ਕਿਹਾ ਚੱਲ ਛੱਕ ਹੋਊਗੀ ਉਹਨੇ ਕਿ ਛੱਕ ਹੋਊਗੀ ਤੇ ਉਹ ਦੁਬਾਰਾ ਇੱਕ ਹੋਰ ਤੋਲਿਆ ਉਹ ਵੀ 4 ਕਿਲੋ ਘੱਟ ਇੱਕ ਹੋਰ ਤੋਲਿਆ 4.5 ਕਿਲੋ ਘੱਟ ਇੱਕ ਹੋਰ ਤੋਲਿਆ ਉਹ 3 ਕਿਲੋ ਘੱਟ ਜਾਣੀ ਹਰ ਸਿਲੰਡਰ 200-250-300 ਰੁਪਏ ਦੀ ਲੁੱਟ ਖਸੁੱਟ ਹੋਈ ਜਾਂਦੀ ਆ ਪਰ ਅਸੀਂ ਇੱਕ ਇੱਕ ਬੰਦਾ ਤਾਂ ਇੱਥੇ ਇੱਕ ਦਿੱਲੀ ਬੈਠਾ ਅਸੀਂ ਤਾਂ ਧੱਕੇ ਖਾਈ ਜਾਂਦੇ ਅੱਗੇ ਕਿਸਾਨੀ ਸਾਡੀ ਖਤਮ ਹੁੰਦੀ ਜਾਂਦੀ ਆ ਮੋਦੀ ਨੇ ਇੱਕ ਸਿਲੰਡਰ ਮਹਿੰਗੇ ਕਰਤੇ ਆ ਅਸੀਂ ਕਿੱਧਰ ਜਾਈਏ ਅਸੀਂ ਤਾਂ ਹਰ ਵੇਰੀ ਕਹਿੰਦੇ ਆ ਵੀ ਇਹਨਾਂ ਕੰਡਾ ਨਾਲ ਲੈ ਕੇ ਆਉਣ ਜੇ ਕੋਈ ਵੀ ਗੱਡੀ ਆਉਂਦੀ ਆ ਸਿਲੰਡਰ ਵਾਲੀ ਕੰਡਾ ਨਾਲ ਹੋਣਾ ਚਾਹੀਦਾ ਜੇ ਨਹੀਂ ਕੰਡਾ ਨਾਲ ਲੈ ਕੇ ਆਉਂਦੇ ਤਾਂ ਸਿਲੰਡਰ ਨਾ ਲਓ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਇਹ ਫਰੀਦ ਵਾਲਿਆਂ ਦੀ ਏਜੰਸੀ ਆ ਜੀ ਸ਼ੇਖ ਫਰੀਦ ਏਜੰਸੀ ਆ ਇਹ ਅਤੇ ਇਹਨਾਂ ਨੂੰ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ ਜਿੱਥੇ ਜਿੰਨੇ ਵੀ ਸੁਣਦੇ ਆ ਗੱਲ ਸਾਡੀ ਇਹਨਾਂ ਨੂੰ ਚਾਹੀਦਾ ਵੀ ਕੰਡਾ ਨਾਲ ਹੋਊਗਾ ਤਾਂ ਲਓ ਇਹਨੂੰ ਹਰ ਸਿਲੰਡਰ ਨੂੰ ਤੋਲੋ ਏਜੰਸੀ ਮਾਲਕਾਂ ਨਾਲ ਗੱਲ ਹੋਈ ਤੁਹਾਡੀ ਕੋਈ ਹਾਂਜੀ ਉਹ ਫੋਨ ਨਹੀਂ ਉਠਾਉਂਦੇ ਇਹ ਮੁੰਡੇ ਹੈਗੇ ਆ ਇਹ ਕਹਿੰਦੇ ਉਹਨਾਂ ਨੂੰ ਪਿੱਛੋਂ ਗੱਲ ਕਰੋ ਜੀ ਪਿੱਛੋਂ ਹੀ ਆਉਂਦੇ ਆ ਸਿਲੰਡਰ ਅਸੀਂ ਨਹੀਂ ਕਰ ਸਕਦੇ ਕੁਛ ਤੁਹਾਨੂੰ ਕੀ ਲੱਗਦਾ ਸਾਨੂੰ ਹੁਣ ਜੀ ਸੀਲ ਲੱਗੀ ਆ ਚੋਰਾਂ ਨਾਲ ਕੁੱਤੀ ਰਲੀ ਆ ਲੁੱਟ ਖਸੁੱਟ ਹੋ ਸਕਦੀ ਕਿਵੇਂ ਮਰਜ਼ੀ ਹੋ ਸਕਦਾ ਜੋ ਸਾਨੂੰ ਤਾਂ ਤੋਲੇ ਹੋਣਾ ਕਿ ਵੀ ਤਾਂ ਕਦੋਂ ਦੇ ਮਤਲਬ 10-15 ਸਾਲ ਹੋ ਗਏ ਲਈ ਜਾਂਦੇ ਸਿਲੰਡਰ ਅਸੀਂ ਜੀ 13-2-2021 ਨੂੰ ਸਿਲੰਡਰ ਲਿਆ ਜੀ ਇਹਨਾਂ ਤੋਂ ਸਿਲੰਡਰ ਲਿਆ ਸੀ ਲਿਆ ਕੇ ਘਰੇ ਰੱਖਤਾ ਸੀ ਅੱਜ ਜਦੋਂ ਇਹ ਰੌਲਾ ਪਿਆ ਵੀ ਸਿਲੰਡਰ ਘੱਟ ਆ ਅਨਾਊਂਸਮੈਂਟ ਹੋਈ ਆ ਜੀ ਗੁਰਦੁਆਰਾ ਸਾਹਿਬ ਅਤੇ ਅਸੀਂ ਵੀ ਆਪਦਾ ਸਿਲੰਡਰ ਲਿਆ ਕੇ ਇੱਥੇ ਚੱਕੀ 'ਤੇ ਚੈੱਕ ਕਰਾਇਆ ਅਤੇ 4 ਕਿਲੋ ਸਿਲੰਡਰ ਘਟਿਆ ਜੀ ਅੱਜ ਹੋਰ ਤਕਰੀਬਨ ਹੀ ਸਾਰੇ ਸਿਲੰਡਰ ਹੀ ਘੱਟ ਆ ਜੀ ਕੋਈ ਵੀ 10-12 ਸਿਲੰਡਰ ਮਗਰ 1-2 ਸਿਲੰਡਰ ਪੂਰਾ ਉੱਤਰ ਰਿਹਾ ਨਹੀਂ ਘੱਟ ਉੱਤਰ ਰਿਹਾ ਜੀ ਸਾਡੀ ਮੰਗ ਇਹ ਹੋਈ ਸਾਨੂੰ ਗੈਸ ਪੂਰੀ ਹੋਣੀ ਚਾਹੀਦੀ ਜੀ ਕੰਡਾ ਨਾਲ ਹੋਣਾ ਚਾਹੀਦਾ ਜਿਹਨੂੰ ਸ਼ੱਕ ਪੈਂਦਾ ਅਗਲਾ ਆਪਦਾ ਤੋਲੇ ਜੀ ਹਾਂਜੀ ਅਤੇ ਜਿਹੜਾ ਮਗਰ ਇਹਨਾਂ ਨੇ ਇੰਨੀ ਲੁੱਟ ਖਸੁੱਟ ਕੀਤੀ ਆ ਜੀ ਇਹਦਾ ਕੋਈ ਹਿਸਾਬ ਕਿਤਾਬ ਹੋਣਾ ਚਾਹੀਦਾ ਜੀ ਇਹਨਾਂ ਨੂੰ ਸਾਲ ਦੀ ਪਾਉਣੀ ਸਿਲੰਡਰ ਵਾਲੇ ਅੱਜ ਸਮੱਸਿਆ ਵੀ ਸਿਲੰਡਰ ਘੱਟ ਦੇ ਰਹੇ ਸਨ ਹਰ ਰੋਜ਼ ਬੁੜੀਆਂ ਲੜਦੇ ਰਹਿੰਦੇ ਲੋਕ ਵੀ ਸਿਲੰਡਰ ਪਹਿਲਾਂ ਮੁੱਕ ਗਿਆ ਜਦੋਂ ਸਿਲੰਡਰ ਤਾਂ ਪਹਿਲਾਂ ਮੁੱਕਣਾ ਹੀ 4-4 ਕਿਲੋ ਗੈਸ ਘੱਟ ਆਈ ਕੋਈ 5 ਕਿਲੋ ਕੋਈ 6 ਕਿਲੋ ਸਾਰੇ ਪਿੰਡ ਨੇ ਗੈਸ ਚੈੱਕ ਕੀਤੀ ਸਾਰੀ ਘੱਟ ਆਈ ਆ ਜੀ ਸਮੱਸਿਆ ਤਾਂ ਬਹੁਤ ਜ਼ਿਆਦਾ ਪਹਿਲਾਂ ਪਾਣੀ ਪਾਉਂਦੇ ਸੀ ਹੁਣ ਸਿਲੰਡਰ ਘੱਟ ਦੇਣ ਲੱਗ ਪਏ ਸੀਲਾਂ ਉੱਪਰ ਲੱਗੀਆਂ ਸੀਲਾਂ ਨੂੰ ਕੀ ਦੇਖੂਗਾ ਜਦੋਂ ਘੱਟ ਚੱਲੀ ਜਾਂਦੀ ਅੱਜ ਇਹਨਾਂ ਨੇ ਮੌਕੇ 'ਤੇ ਸਿਲੰਡਰ ਤੋਲ ਕੇ ਸਾਰੀ ਪੰਚਾਇਤ ਬੁਲਾਈ ਸਾਰਾ ਪਿੰਡ ਬੁਲਾਇਆ ਅਨਾਊਂਸਮੈਂਟ ਕੀਤੀ ਗਈ ਸਪੀਕਰ ਵਿੱਚ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਜੀ ਇਹਨਾਂ ਨੂੰ ਕੋਈ ਨਾ ਕੋਈ ਕੀਤਾ ਜਾਊਗਾ ਬਲਜਿੰਦਰ ਸਿੰਘ ਜੀ ਕਿੰਨਾ ਸਿਲੰਡਰ ਘੱਟ ਮਿਲਿਆ 6 ਕਿਲੋ ਘੱਟ ਮਿਲਿਆ ਜੀ ਕਦੋਂ ਲਿਆ ਸੀ ਇਹ ਅਗਲੇ ਸ਼ਨੀਵਾਰ ਲਿਆ ਸੀਗਾ ਜੀ ਉਵੇਂ ਹੀ ਪਈ ਸੀਲ ਬੰਦ ਜਦੋਂ ਰੌਲਾ ਪਿਆ ਕਰਦੇ ਮੈਨੂੰ ਉਹਦੇ ਆਪਣਾ ਸਿਲੰਡਰ ਵੀ ਲੈ ਜਾਓ ਸ਼ੱਕ ਘੱਟ ਹੋਊਗਾ ਉਹੀ ਗੱਲ ਜੀ 6 ਕਿਲੋ ਘੱਟ ਗਿਆ ਇਹ ਇਕੱਲੇ ਇਹ ਨਹੀਂ ਦੂਜੇ ਵੀ ਖਬਰਾਂ ਘੱਟ ਹੀ ਦਿੰਦੇ ਹੋਣ ਜੀ ਰੇਟ ਕੀ ਆ ਸਿਲੰਡਰ ਦਾ ਜੀ 600-870 ਆ ਜੀ ਅਤੇ ਵੇਖ ਲਓ 600 ਘੱਟ ਕੇ ਤਾਂ ਕਿੰਨੇ ਜਾਂ ਪਊਗਾ 1100-1200 'ਚ ਪੈ ਗਿਆ ਅਤੇ ਇੱਕ ਤਾਂ ਮੋਦੀ ਲਹੂ ਪੀ ਖੜਾ ਇੱਕ ਇਹ ਪੀਣ ਲੱਗ ਗਿਆ ਜੀ ਕੀ ਮੰਗ ਹੈ ਤੁਹਾਡੀ ਮੰਗ ਇਹ ਵੀ ਇਨਸਾਫ ਹੋਣਾ ਚਾਹੀਦਾ ਇਹਨਾਂ ਜੋ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਆ 8-7 ਦਿਨ ਚੁੱਲ੍ਹੇ ਵਾਲਾ ਲੈ ਜਾਂਦਾ 250 ਇਹ ਨਹੀਂ ਪਤਾ ਪਾਣੀ ਪਾਉਂਦੇ ਆ ਕਿ ਕੀ ਪਾਉਂਦੇ ਆ ਵਿੱਚ ਇਹ ਹੁਣ ਮੁੰਡੇ ਤਾਂ ਕਹਿੰਦੇ ਵੀ ਅਸੀਂ ਪਾ ਨਹੀਂ ਰਹੇ ਪਿੱਛੋਂ ਸਟੋਰ 'ਚੋਂ ਹੀ ਅਸੀਂ ਚੱਕ ਕੇ ਲਿਆਏ ਸਿੱਧਾ ਸਪਲਾਈ ਤੁਹਾਨੂੰ ਕਰਤਾ ਇਹ ਤਾਂ ਹੁਣ ਇਹ ਜਾਣਦੇ ਆ ਚਾਹੇ ਇਹਨਾਂ ਦੇ ਮਾਲਕ ਜਾਣਦੇ ਆ ਜੀ ਹੁਣ ਆਪ ਮਾਲਕ ਦਾ ਫੋਨ ਹੀ ਨਹੀਂ ਚੱਕਦਾ ਜੀ